ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੈ ਤਾਂ ਸਾਡੇ ਨੰਬਰਾਂ ਨਾਲ ਸੰਪਰਕ ਕਰ ਸਕਦਾ ਹੈ। ਸਾਡਾ ਮੋਬਾਈਲ ਨੰਬਰ 9780205013। ਅੱਜ ਦੀ ਵੀਡੀਓ ਦੋਸਤੋ ਪਿੰਡ ਸਿਰਸੜੀ ਆ, ਤਹਿਸੀਲ ਇਹਨੂੰ ਕੋਟਕਪੂਰਾ ਪੈਂਦਾ, ਜ਼ਿਲ੍ਹਾ ਫਰੀਦਕੋਟ ਦੀ ਆ। ਵੀਰਾਂ ਕੋਲ ਜਾਨਵਰ ਇੱਕ ਵਿਕਾਊ ਜਿਹੜਾ ਸਾਹਮਣੇ ਸਕਰੀਨ 'ਤੇ ਦੇਖ ਲਓ, ਜਰਸੀ ਵੈੜ ਆ, ਜਰਸੀਆਂ ਦੇ ਸ਼ੌਕੀਨ ਆ। ਬਾਈ ਕੋਲ ਜਰਸੀ ਰੱਖੀ ਹੋਈ ਆ, ਘਰੇ ਵੀ ਪਸ਼ੂ ਪਾਲਣ ਦਾ ਕੰਮ ਕਰਦੇ ਆ, ਕੋਈ ਵਪਾਰ ਦਾ ਕੰਮ ਨਹੀਂ ਗਾ, ਨਾਲ ਨਾਲ ਦੁੱਧ ਦੇ ਪਸ਼ੂ ਲਾਏ ਹੋਏ ਆ। ਇੱਕ ਅੱਧਾ ਨਗ ਰੱਖਦੇ ਆ, ਨਾਲ ਦੀ ਨਾਲ ਜਿਵੇਂ ਜਾਨਵਰ ਤਿਆਰ ਹੋ ਜਾਂਦੇ ਉਸ ਹਿਸਾਬ ਨਾਲ ਅੱਗੇ ਸੇਲ ਕਰ ਦਿੰਦੇ ਆ। ਦੇਖ ਸਕਦੇ ਹੋ ਜਰਸੀਆਂ ਰੱਖੀਆਂ ਹੋਈਆਂ ਸਾਹਮਣੇ, ਜਿਹੜਾ ਆਪਾਂ ਨਗ ਦੇਖ ਰਹੇ ਹਾਂ ਪੰਜਾਬ ਵਾਲੀ ਜਰਸੀ, ਇਹ ਅੱਜ ਵਿਕਾਊ ਆ। ਇਹਦੇ ਬਾਰੇ ਆਪਾਂ ਜ਼ਿਆਦਾ ਗੱਲਾਂ ਬਾਤਾਂ ਬਾਈ ਨਾਲ ਕਰ ਲੈਂਦੇ ਹਾਂ, ਬਾਈ ਤੋਂ ਜਾਣਕਾਰੀ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਾਮ ਅਤੇ ਐਡਰੈਸ ਦੱਸ ਦਿਓ ਜੀ। ਨਾਮ ਧਰਮ ਸਿੰਘ ਜੀ। ਪਿੰਡ ਜੀ? ਪਿੰਡ ਸਿਰਸੜੀ। ਠੀਕ ਹੈ ਜੀ। ਤਹਿਸੀਲ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ। ਜ਼ਿਲ੍ਹਾ ਫਰੀਦਕੋਟ, ਠੀਕ ਹੈ ਜੀ। ਦੋਸਤੋ ਸਿਰਸੜੀ ਪਿੰਡ ਦੇ ਆਸ ਪਾਸ ਦੇ ਇਲਾਕੇ ਜਿਵੇਂ ਦੇਖ ਗਏ, ਪੰਜ ਗਰਾਈ ਤੋਂ ਦੇਵੀ ਵਾਲਾ ਨੇੜੇ ਤੇੜੇ, ਦੇਵੀ ਵਾਲਾ ਬਿਲਕੁਲ ਨਜ਼ਦੀਕ ਰਹਿੰਦਾ ਅਤੇ ਔਲਖਵੀਰ ਦੇ ਨੇੜੇ ਪੈ ਜਾਂਦਾ ਹੈਗਾ। ਸਿਰਸੜੀ ਪਿੰਡ ਆ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ। ਜਿਹੜੀ ਸਾਹਮਣੇ ਆਪਾਂ ਸਕਰੀਨ 'ਤੇ ਦੇਖ ਰਹੇ ਹਾਂ ਜੀ ਵੈੜ ਹੈ ਜੀ, ਇਹ ਕਿੰਨਵਾਂ ਸੂਆ ਸੂਈ ਹੋਈ ਹੈ? ਇਹ ਤੀਜੇ ਸੂਈ ਹੈ ਜੀ। ਅੱਛਾ, ਤੀਜਾ ਸੂਆ ਸੂਈ। ਹਾਂਜੀ। ਕਿੰਨਾ ਟਾਈਮ ਹੋ ਗਿਆ ਸੂਈ ਨੂੰ? ਸੂਈ ਨੂੰ ਚਾਰ ਪੰਜ ਘੰਟੇ ਹੋਏ ਆ ਜੀ। ਅੱਛਾ, 4-5 ਘੰਟੇ ਹੋ ਗਏ। ਬੱਚਾ ਕੀ ਹੈ ਜੀ? ਮਗਰ ਵੱਛੀ ਆ ਜੀ। ਅੱਛਾ, ਵੱਛੀ ਹੈ ਜੀ, ਅਤੇ ਵੱਛੀ ਫਿਰ ਮੈਨੂੰ ਲੱਗਦਾ ਡੈਡ ਹੋ ਚੁੱਕੀ, ਮਰ ਚੁੱਕੀ। ਹਾਂਜੀ ਹਾਂਜੀ, 2 ਸਾਹ ਆਏ ਸੀ ਬਾਹਰ ਆ ਕੇ ਜੀ। ਅੱਛਾ ਜੀ, ਠੀਕ ਹੈ। ਠੀਕ ਹੈ ਦੋਸਤੋ, ਵੱਛੀ ਮਰ ਚੁੱਕੀ, ਐਕਸਪਾਇਰ ਹੋ ਚੁੱਕੀ, ਮਗਰ ਵੱਛੀ ਸੀਗੀ ਵੀ ਕੁਦਰਤੀ ਕਾਰਨ ਹੋ ਗਿਆ। ਚਲ 2 ਸਾਹ ਸੀ, ਕੋਈ ਇਹਨਾਂ ਦੀ ਬਾਹਰ ਆ। ਅਸੀਂ ਤਾਂ ਸੁਭਾਅ ਆਖਿਆ ਵੀਡੀਓ ਪਵਾਵਾਂਗੇ ਤੇ ਬਾਅਦ ਚ ਸੂਪੀ। ਠੀਕ ਹੈ ਜੀ, ਠੀਕ। ਆਪਾਂ ਥੋੜਾ ਲੇਟ ਹੋ ਗਏ ਵੀਡੀਓ ਨੂੰ, ਤਾਂ ਬਾਈ ਨੇ ਪਹਿਲਾਂ ਕਿਹਾ ਸੀ ਸੂਣ ਤੋਂ ਪਹਿਲਾਂ। ਚਲੋ ਕੋਈ ਨਾ, ਸੂਆ ਸੂਆ ਪਸ਼ੂ ਤੁਹਾਡੇ ਸਾਹਮਣੇ ਆ ਜੀ। ਹਾਂਜੀ ਹਾਂਜੀ। ਤੇ ਪਿਛਲੇ ਸੂਏ ਦਾ ਦੁੱਧ ਦਾ ਕੀ ਰਿਕਾਰਡ ਰਿਹਾ ਜੀ? 18-17 ਕਿਲੋ ਕੱਢਿਆ ਜੀ। 18-17 ਕਿਲੋ ਕੱਢਿਆ। ਹਾਂਜੀ, ਤੋਰ ਕੇ ਦਿਖਾ ਦੇ ਜੀ। ਦੋਸਤੋ ਪੰਜਾਬ ਵਾਲੀ ਜਰਸੀ ਆ, ਤੀਜਾ ਸੂਆ ਸੂਈ ਹੋਈ ਆ, ਬੱਚਾ ਮਗਰ ਜਿਹੜਾ ਐਕਸਪਾਇਰ ਹੋ ਚੁੱਕਿਆ, ਡੈਡ ਹੋ ਚੁੱਕਿਆ ਹੈਗਾ, ਤੇ ਅੱਜ ਹੀ ਸੂਈ ਆ। ਤੇ ਜੇਰ ਪੈ ਗਈ ਕਿ ਨਹੀਂ ਹਜੇ ਦੀ? ਜੇਰ ਨਹੀਂ ਪਈ ਜੀ। ਠੀਕ ਹੈ, ਜੇਰ ਪੈਣੀ ਬਾਕੀ ਆ। ਦੂਜੇ ਸੂਏ, ਪਿਛਲੇ ਸੂਏ ਬਾਈ ਉਹਨਾਂ ਦਾ ਘਰੇਲੂ ਜਾਨਵਰ ਆ, ਬਾਈ ਇਹਨਾਂ ਦੇ 17-18 ਕਿਲੋ ਦੁੱਧ ਨੇ ਕੱਢਿਆ ਹੈਗਾ। ਤੇ ਇਸ ਵਾਰ ਕਿੰਨੇ ਦੁੱਧ ਦੀ ਉਮੀਦ ਕਰਦੇ? ਮੋੜ ਲਿਓ ਜੀ, ਕਰਦੇ ਇਸ ਵਾਰੀ ਕਿੰਨਾ ਦੁੱਧ ਪਾਉਣਾ ਚਾਹੀਦਾ? ਇੱਕ ਤੇ 20 ਲੀਟਰ ਪਾ ਦੂਗੀ ਜੀ। 20 ਲੀਟਰ ਪਾ ਦੂਗਾ। ਠੀਕ ਹੈ ਜੀ। ਹੁਣ ਚਵਾਈ ਤੇ ਕਿਵੇਂ ਆ? ਚਵਾਈ ਦੀ ਬਹੁਤ ਸਾਫ ਆ ਜੀ। ਅੱਛਾ, ਸਾਫ ਸੁਥਰੀ ਹੁਣ ਠੰਡੀ ਸੀ ਲਈ? ਹਾਂਜੀ, ਠੰਡੀ ਸੀ ਜਿੰਨੀ ਕਰ। ਠੀਕ ਹੈ ਜੀ। ਦੋਸਤੋ ਬਾਈ ਦੱਸਦਾ ਵੀ 17-18 ਕਿਲੋ ਦੁੱਧ ਨੇ ਖੁੱਲ੍ਹਾ ਪਾਇਆ, ਉਮੀਦ ਤਾਂ 20 ਕਿਲੋ ਦੀ ਆ, ਬਾਕੀ ਤੁਸੀਂ ਜਜਮੈਂਟ ਕਰ। ਹਾਂਜੀ, ਥਾਣਾ ਹੋਣਾ ਤੁਹਾਨੂੰ ਦਿਖਾ ਦਿੰਦੇ। ਹਾਂਜੀ ਹਾਂਜੀ, ਚਾਰੇ ਥਾਣਾ ਇਕੱਲੇ ਇਕੱਲੇ ਗਿਆ ਤੇ ਨਿਕੜਵੇਂ ਦੇਖ ਸਕਦੇ ਹੋ। ਸੀਲ ਠੰਡੀ ਬਹੁਤ ਆ ਜੀ। ਠੀਕ ਹੈ ਜੀ। ਬਾਕੀ ਪੰਜਾਬ ਵਾਲੀ ਜਰਸੀ ਆ, ਬਰੀਡ ਕੁਆਲਿਟੀ ਵੀ ਤੁਹਾਡੇ ਸਾਹਮਣੇ ਆ, ਫੇਸ ਕੁਆਲਿਟੀ ਤੋਂ ਪਤਾ ਹੀ ਲੱਗ ਗਿਆ ਹੋਣਾ ਅੰਦਾਜ਼ਾ, ਤੁਸੀਂ ਲਾ ਹੀ ਲੈਣਾ ਹੈਗਾ ਕਿੰਨੇ ਸੁਨੱਖੇ ਮੂੰਹ ਮੱਥੇ ਦੀ ਪੰਜਾਬ ਵਾਲੀ ਜਰਸੀ। ਥਾਣਾ ਹੋਣਾ ਤੁਹਾਨੂੰ ਪਿੱਛੇ ਤੋਂ ਵੀ ਦਿਖਾ ਰਹੇ ਆ, ਜੇਰ ਪੈਣੀ ਹਜੇ ਬਾਕੀ ਹੈ ਜੀ। ਮਾੜਾ ਜਿਹਾ ਤੁਹਾਨੂੰ ਕਰਦੀ ਦਿਖਾ ਦੇ ਦੋਸਤੋ, ਦੇਖ ਸਕਦੇ ਹੋ, ਚੈੱਕ ਕਰ ਲਓ ਥਾਣਾ ਹੋਣਾ ਪਿੱਛੇ ਤੋਂ ਵੀ ਦਿਖਾ ਦੇ। ਠੰਡੀ ਸੀਲ ਖੋਲ੍ਹਾ, ਆ ਕੇ ਤਸੱਲੀ ਕਰ ਲਿਓ, ਕਹਿੰਦੇ ਸੂਆ ਸੂਆ ਜਾਨਵਰ ਤੁਹਾਡੇ ਸਾਹਮਣੇ ਨਾ, ਹਵਾਲੇ ਦੀ ਜਜਮੈਂਟ ਉਸ ਹਿਸਾਬ ਨਾਲ ਕਰੋ, ਹਵਾਲਾ ਉੱਪਰ ਤੋਂ ਲੈ ਕੇ ਥੱਲੇ ਤੱਕ ਤਿਆਰ ਕੀਤਾ ਹੋਇਆ ਕਰਨ ਵਾਲੀ ਨੂੰ, ਬਾਕੀ ਹਵਾਲਾ ਤੁਹਾਡੇ ਸਾਹਮਣੇ ਆ, ਜਜਮੈਂਟ ਤੁਸੀਂ ਕਰ ਲਿਓ। ਕੱਦ ਘੱਟ ਠੀਕ ਆ, ਹੁਣ ਠੰਡੀ ਸੀਲ ਆ ਅਤੇ ਬੱਚਾ ਐਕਸਪਾਇਰ ਹੋ ਚੁੱਕਿਆ ਤੁਸੀਂ, ਅਤੇ ਬਈ ਇਹਦੇ ਆਪਾਂ ਰੇਟ ਦੀ ਗੱਲ ਕਰੀਏ, ਮੁੱਲ ਦੀ ਗੱਲ ਕਰੀਏ, ਅਤੇ ਇਹਦਾ ਫਿਰ ਮੁੱਲ ਕਿੰਨਾ ਰਹਿੰਦਾ? ਮੁੱਲ ਦੇਖ ਲਓ ਜੀ, 70,000 ਰੁਪਇਆ ਮੁੱਲ ਆ ਜੀ। ਠੀਕ ਹੈ ਜੀ, 70,000 ਰੁਪਇਆ ਮੁੱਲ ਆ, ਮਾਨਤਾਨ ਹੋ ਜੂਗਾ। ਮਾਨਤਾਨ ਹੋ ਜੂਗਾ ਦੋਸਤੋ, 70,000 ਬਾਈ ਨੇ ਮੁੱਲ ਕਰਤਾ, ਕੋਈ ਫਿਕਸ ਪ੍ਰਾਈਜ਼ ਨਹੀਂ ਹੁੰਦਾ, ਇਹਦੇ 'ਚ ਮਾਨਤਾਨ ਖੁੱਦਾ ਹੋ ਜੂਗਾ। ਜਿਹੜੇ ਵੀਰ ਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ, ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਰਹਿਣਾ ਹੈਗਾ, ਇੱਕ ਵਾਰੀ ਨੰਬਰ ਬੋਲ ਦਿਓ ਜੀ। 94648। ਬੋਲੋ ਜੀ, ਪੂਰਾ ਬੋਲ ਦਿਓ। 48782। ਇੱਕ ਵਾਰੀ ਹੋਰ ਬੋਲ ਦਿਓ। 94648 48782। ਠੀਕ ਆ ਜੀ। ਦੋਸਤੋ ਬਾਈ ਦਾ ਨੰਬਰ ਸਕਰੀਨ 'ਤੇ ਵੀ ਚੱਲਦਾ ਰਹਿਣਾ ਹੈਗਾ,
ਜਿਹੜੇ ਵੀ ਇਹਨੂੰ ਜਾਨਵਰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ, ਬਾਕੀ ਕੋਈ ਪ੍ਰਾਈਜ਼ ਫਿਕਸ ਨਹੀਂ ਹੁੰਦਾ, ਗੱਲਬਾਤ ਕਰ ਲਿਓ ਕਿੱਥੇ ਕੁ ਤੁਹਾਡਾ ਸੌਦਾ ਰਲਦਾ ਬਾਈ ਨਾਲ। 70,000 ਮੁੱਲ ਕੀਤਾ ਡਿਮਾਂਡ ਆ, ਇਹਦੇ 'ਚ ਮਾਣ ਤਾਣ ਤੁਹਾਡਾ ਹੋ ਜਾਊਗਾ। ਜਿਹੜੇ ਵੀ ਇਹਨੂੰ ਜਾਨਵਰ ਪਸੰਦ ਆਵੇ ਸੰਪਰਕ ਕਰ ਲਿਓ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਅੱਜ ਦੀ ਵੀਡੀਓ ਵਿੱਚ ਪੰਜਾਬ ਵਾਲੀ ਜਰਸੀ ਹੈ, ਜਿਹੜੇ ਵੀ ਇਹਨੂੰ ਜਰਸੀ ਪਸੰਦ ਆਵੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ।